ਅੱਜ ਚਾਲੀ ਵਰੇ ਹੋ ਗਏ ਹੈ ਜਦੋਂ ਹਿੰਦ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਆਪਣੀ ਇੰਡੀਆ ਦੀ, ਰੂਸ ਦੀ, ਬਰਤਾਨੀਆ ਦੀ ਫੌਜ ਬੇਗਨਾਹ ਬੇਸ਼ਸਤਰਧਾਰੀ ਸਿੰਘਾਂ ਦੇ ਉੱਤੇ ਹਮਲਾ ਕਰਤਾ ਸੀ। ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਤੇ ਉਹਨਾਂ ਦੇ ਸਾਥੀਆਂ ਨੇ 72 ਘੰਟੇ ਇਹ ਜ਼ਾਲਮ ਇੰਡੀਆ ਦੀ ਹਕੂਮਤ ਦਾ ਸਾਹਮਣਾ ਕੀਤਾ। ਇਹ ਜਿਹੜਾ ਬਲੂ ਸਟਾਰ ਕੀਤਾ ਗਿਆ ਇਸ ਨੂੰ ਇੰਡੀਆ ਤੇ ਹਿੰਦੁਤਵਾ ਦੇ ਲੋਕ ਕਹਿੰਦੇ ਹੈ ਕਿ ਇਹ ਇੰਡੀਆ ਦੀ ਨੈਸ਼ਨਲ ਕੌਮੀ ਪਾਲਿਸੀ ਸੀ। ਜੇ ਪਾਲਿਸੀ ਸੀ ਫਿਰ ਬੀਜੇਪੀ ਨੇ ਇਹਦੀ ਅਮਦਾਦ ਕੀਤੀ, CPI CPM ਨੇ ਵੀ ਇਹਦੀ ਅਮਦਾਦ ਕੀਤੀ। ਘੱਲੂਘਾਰਾ ਦਿਵਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 72 ਘੰਟੇ ਦੁਨੀਆ ਦੀਆਂ 3 ਨਿਊਕਲੀਅਰ ਆਰਮ ਸਟੇਟ ਰੂਸ, ਬਰਤਾਨੀਆ ਤੇ ਇੰਡੀਆ ਦੀਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ। ਅੰਤ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ 2 ਨਿਸ਼ਾਨ ਸਾਹਿਬ ਹੈ ਉੱਥੇ ਨਿਕਲ ਕੇ ਸੰਤਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਉਹਨਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ, 72 ਗੋਲੀਆਂ ਸੰਤਾਂ ਦੇ ਸੀਨੇ ਤੇ ਸੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਸੰਤ ਜਰਨੈਲ ਸਿੰਘ ਨੇ ਕਿਵੇਂ ਅਗਵਾਈ ਦਿੱਤੀ ਹੈ ਹਿੰਦ, ਬਰਤਾਨੀਆ ਤੇ ਰੂਸ ਦੀ ਫੌਜ ਦੇ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਟੈਂਕ ਤੇ ਤੋਪਾਂ ਵੀ ਵਰਤੀਆਂ ਸੀ, ਸਪੈਸ਼ਲ ਫੋਰਸਿਸ ਆ ਗਈਆਂ ਸੀ। ਪਰ 72 ਘੰਟੇ ਸਿੱਖਾਂ ਨੇ ਇਹੋ ਜਿਹਾ ਜੰਗ ਲੜਿਆ ਜਿਹੜਾ ਦੁਨੀਆ ਮੰਨਦੀ ਹੈ ਕਿ ਇਹ ਸਭ ਤੋਂ ਜ਼ਿਆਦਾ ਵੱਡਾ ਤੇ ਕਾਮਯਾਬ ਡਿਫੈਂਸਿਵ ਜੰਗ ਸੀਗਾ। ਸੋ ਸਾਧ ਸੰਗਤ ਜੀ, ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ, ਪਰ ਅੱਜ ਵੀ ਸਾਡੇ ਬੰਦੀ ਸਿੰਘ
ਜਥੇ ਜਾ ਹਮਾਰਾ ਅੰਮ੍ਰਿਤਪਾਲ ਸਿੰਘ ਬੱਤੀ ਬੱਤੀ ਸਾਲਾਂ ਤੋਂ ਜੇਲ੍ਹ ਦੇ ਵਿੱਚ ਡੱਕੇ ਹੋਏ ਹੈ, ਜਿਨ੍ਹਾਂ ਨੂੰ ਬਾਹਰ ਕਢਾਉਣਾ ਸਾਡਾ ਫਰਜ਼ ਹੈ। ਮੈਂ ਪਾਰਲੀਮੈਂਟ ਦੇ ਵਿੱਚ ਸਾਫ ਕਹਿਤਾ ਸੀ ਕਿ ਮੋਦੀ ਤੇ ਬੀਜੇਪੀ ਦੀ ਸਰਕਾਰ ਨੇ ਇੱਕ ਨਵਾਂ ਜੰਗ ਸ਼ੁਰੂ ਕੀਤਾ। ਮੋਦੀ ਨੇ ਕਿਹਾ ਕਿ ਹੁਣ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹ ਬਾਹਰ ਦੇ ਮੁਲਕਾਂ ਚ ਚਲੇ ਜਾਂਦੇ ਸੀ ਤੇ ਸਾਡੀ ਸਰਕਾਰ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਦਸਤਾਵੇਜ਼ ਤੇ ਰਿਪੋਰਟਾਂ ਭੇਜਦੀਆਂ ਸੀ, ਪਰ ਹੁਣ ਤੋਂ ਅਸੀਂ ਦਸਤਾਵੇਜ਼ ਨਹੀਂ ਭੇਜਣੇ। ਹੁਣ ਸਿੱਧੇ ਸਾਡੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਹ ਉਹਨਾਂ ਨੂੰ ਉਸੇ ਮੁਲਕ ਦੇ ਵਿੱਚ ਜਾ ਕੇ ਸ਼ਹੀਦ ਕਰ ਦੇਣਗੀਆਂ। ਉਹਨਾਂ ਵਿੱਚੋਂ ਸਰਦਾਰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ, ਨਿਪੁਦਮਨ ਸਿੰਘ ਮਲਕ ਨੂੰ, ਸੰਗੋਦ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਗਿਆ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਵਾਰ ਨੂੰ ਮਾਰਿਆ ਗਿਆ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਿਆ ਗਿਆ। ਆਪਣੇ ਮੁਲਕ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤ ਹੈ, ਆਪਣੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤ ਹੈ। ਇਹ ਸਾਰੀਆਂ ਚੀਜ਼ਾਂ ਮੈਂ ਪਾਰਲੀਮੈਂਟ ਦੇ ਵਿੱਚ ਦਰਜ ਕਰਾਤੀ ਹੈ। ਹੁਣ ਮੈਂ ਪਾਰਲੀਮੈਂਟ ਦਾ ਮੈਂਬਰ ਨਹੀਂ ਹੈ, ਪਰ ਤਾਂ ਵੀ ਜਿੰਨਾ ਚਿਰ ਜਾਨ ਰਹੂਗੀ ਸਿੱਖਾਂ ਦੀ ਆਜ਼ਾਦੀ ਖਾਲਿਸਤਾਨ ਦੇ ਲਈ ਸਾਡੀ ਪਾਰਟੀ ਲੜਦੀ ਰਹੂਗੀ। ਇਹ ਪੰਥ ਦੇ ਲਈ ਬਹੁਤ ਵੱਡਾ ਦਿਨ ਹੈ, ਅਕਾਲ ਤਖ਼ਤ ਮਹਾਨ ਹੈ, ਪਰ ਕਈ ਜਥੇਬੰਦੀਆਂ ਜਿਵੇਂ ਧੰਮਾ ਸਾਹਿਬ ਦਾ ਦਮਦਮੀ ਟਕਸਾਲ ਹੈ, ਰਾਮ ਸਿੰਘ ਬਾਬੇ ਦੀ ਟਕਸਾਲ ਹੈ, ਇਹ ਜਥੇਬੰਦੀਆਂ ਅੱਜ ਅਕਾਲ ਤਖ਼ਤ ਸਾਹਿਬ ਤੇ ਨਹੀਂ ਆਈਆਂ, ਜਿਹੜੀ ਬਹੁਤ ਮਾੜੀ ਗੱਲ ਹੈ। ਇਹਨਾਂ ਨੇ ਕੌਮ ਨੂੰ ਦੋ ਪਾਸੇ ਵੰਡਤਾ, ਇੱਕ ਪਾਸੇ ਅਕਾਲ ਤਖ਼ਤ ਸਾਹਿਬ ਤੇ, ਇੱਕ ਪਾਸੇ ਆਪਣੀ ਟਕਸਾਲ ਦੇ ਵਿੱਚ ਇਹਨਾਂ ਨੇ ਆਪਣੇ ਇਕੱਠ ਕੀਤੇ ਹੈ, ਜੋ ਗੱਲ ਠੀਕ ਨਹੀਂ ਹੈ। ਤੇ ਸਾਧ ਸੰਗਤ ਜੀ, ਜੇ ਤੁਸੀਂ ਤਕੜੇ ਹੋ ਕੇ ਜੁੜੇ ਰਹੋਗੇ, ਜਿਹੜੇ ਮੈਂਬਰ ਪਾਰਲੀਮੈਂਟ ਬਣੇ ਹੈ
ਜੇ ਉੱਥੇ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਸ਼ਹੀਦ ਕੀਤੇ ਹੈ, ਖਾਲਿਸਤਾਨ ਦੀ ਗੱਲ ਕਰਦੇ ਰਹਿਣਗੇ ਤੇ ਇਹਨਾਂ ਦਾ ਸਮਾਂ ਠੀਕ ਨਿਕਲੂਗਾ। ਸੋ ਮੈਂ ਆਸ ਕਰਦਾ ਕਿ ਨਵੇਂ ਮੈਂਬਰ ਤਕੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਸਿੱਖ ਕੌਮ ਦੇ ਉੱਤੇ ਜਿਹੜੇ ਜਬਰ ਹੋਏ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਦੇਣ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਲੀਹ ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਪਹਿਲੇ ਦਿਨ ਤੋਂ ਚੱਲਦੀ ਆ ਰਹੀ ਹੈ। ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਇਨ ਗਰੀਬ ਸਿੱਖੋ ਕੋ ਦੋ ਪਾਤਸ਼ਾਹੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਆਈਆਂ ਤਾਂ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਹੁਣ ਸਾਰਿਆਂ ਨੇ ਇਹ ਕੁਰਬਾਨੀਆਂ ਯਾਦ ਰੱਖਣੀ ਹੈ ਔਰ ਆਸ ਕਰਨੀ ਹੈ ਕਿ ਆਪਾਂ ਆਪਣਾ ਲਹਿਦਾ ਦੇਸ਼ ਖਾਲਿਸਤਾਨ ਜਲਦੀ ਤੋਂ ਜਲਦੀ ਬਣਾਇਆ ਜਾਏ ਅਮਨ ਪਸੰਦ ਤਰੀਕੇ ਦੇ ਵਿੱਚ ਰਹਿ ਕੇ।